ਹੈਲੋ ਡੀਅਰ ਸਟੂਡੈਂਟਸ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸੋਇਲ ਪ੍ਰੋਫਾਈਲ ਦੀ ਐਕਟੀਵਿਟੀ ਕਰਾਂਗੇ। ਸੋ ਡੀਅਰ ਸਟੂਡੈਂਟਸ, ਇਸ ਐਕਟੀਵਿਟੀ ਨੂੰ ਕਰਨ ਦੇ ਲਈ ਸਾਨੂੰ ਜਿਸ ਜਿਸ ਸਮਾਨ ਦੀ ਜ਼ਰੂਰਤ ਹੈ, ਆਓ ਅਸੀਂ ਡਿਸਕਸ ਕਰਦੇ ਹਾਂ। ਇਸ ਐਕਟੀਵਿਟੀ ਨੂੰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਕੱਚ ਦੇ ਗਲਾਸ, ਇੱਕ ਗਲਾਸ ਪਾਣੀ ਅਤੇ ਅਲੱਗ ਅਲੱਗ ਜਗ੍ਹਾ ਤੋਂ ਇਕੱਠੀ ਕੀਤੀ ਹੋਈ ਮਿੱਟੀ ਚਾਹੀਦੀ ਹੈ। ਸੋ ਆਓ ਪਿਆਰੀ ਬੱਚਿਓ, ਅਸੀਂ ਹੁਣ ਇਸ ਐਕਟੀਵਿਟੀ ਨੂੰ ਕਰਨਾ ਸ਼ੁਰੂ ਕਰਦੇ ਹਾਂ। ਇਸ ਐਕਟੀਵਿਟੀ ਨੂੰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਜੋ ਅਸੀਂ ਖਾਲੀ ਗਲਾਸ ਲਿਆ ਹੈ ਉਸਦੇ ਵਿੱਚ ਅਸੀਂ ਮਿੱਟੀ ਨੂੰ ਪਾਉਣਾ ਸ਼ੁਰੂ ਕਰਾਂਗੇ। ਪਿਆਰੇ ਬੱਚਿਓ, ਜਦੋਂ ਅਸੀਂ ਇਸਦੇ ਵਿੱਚ ਮਿੱਟੀ ਨੂੰ ਪਾ ਲਵਾਂਗੇ ਤਾਂ ਫਿਰ ਅਸੀਂ ਇਸਦੇ ਵਿੱਚ ਪਾਣੀ ਐਡ ਕਰਾਂਗੇ। ਜਦੋਂ ਅਸੀਂ ਇਸਦੇ ਵਿੱਚ ਪਾਣੀ ਪਾਉਂਦੇ ਹਾਂ ਤਾਂ ਅਸੀਂ ਇਸਨੂੰ ਇੱਕ ਚਮਚ ਦੀ ਮਦਦ ਦੇ ਨਾਲ ਹਿਲਾਵਾਂਗੇ। ਪਿਆਰੇ ਬੱਚਿਓ, ਫਿਰ ਅਸੀਂ ਇਸ ਮਿਕਸਚਰ ਨੂੰ ਪੂਰੇ 2 ਘੰਟੇ ਵਾਸਤੇ ਇੱਕ ਜਗ੍ਹਾ ਤੇ ਪਿਆ ਰਹਿਣ ਦੇਵਾਂਗੇ। 2 hours later 2 ਘੰਟੇ ਬਾਅਦ ਅਸੀਂ ਦੇਖਿਆ ਕਿ ਇਸ ਗਲਾਸ ਦੇ ਵਿੱਚ ਅਲੱਗ ਅਲੱਗ ਲੇਅਰਸ ਬਣ ਗਈਆਂ ਹਨ। ਇਸ ਮਿੱਟੀ ਦੀਆਂ ਅਲੱਗ ਅਲੱਗ ਲੇਅਰਸ ਨੂੰ ਅਸੀਂ ਸੋਇਲ ਪ੍ਰੋਫਾਈਲ ਬੋਲਦੇ ਹਾਂ। ਇਸ ਦੇ ਵਿੱਚ ਜੋ ਸਭ ਤੋਂ ਪਹਿਲੀ ਲੇਅਰ ਬਣੀ ਹੈ ਉਹ ਹੈ ਹਿਊਮਸ ਦੀ। ਪਿਆਰੇ ਬੱਚਿਓ, ਇਸ ਲੇਅਰ ਦੇ ਵਿੱਚ ਸਾਰੇ ਹੀ ਜੋ ਗਲੇ ਸੜੇ ਪੱਤੇ, ਫਲ ਸਬਜ਼ੀਆਂ ਦੇ ਛਿਲਕੇ ਹੁੰਦੇ ਹਨ ਇਸ ਲੇਅਰ ਦੇ ਵਿੱਚ ਆਉਂਦੇ ਹਨ। ਉਸ ਤੋਂ ਬਾਅਦ ਪਾਣੀ ਦੀ ਲੇਅਰ ਬਣਦੀ ਹੈ, ਫਿਰ ਕਲੇ ਸੋਇਲ ਦੀ, ਉਸ ਤੋਂ ਬਾਅਦ ਸੈਂਡ ਅਤੇ ਫਿਰ ਬਿਲਕੁਲ ਲੈਂਡ 'ਤੇ ਜੋ ਸਾਡੇ ਕੰਕਰ ਪੱਥਰ ਹੁੰਦੇ ਹਨ ਉਹ ਆ ਜਾਂਦੇ ਹਨ। ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਆਪ ਨੂੰ ਸੋਇਲ ਪ੍ਰੋਫਾਈਲ ਸਮਝ ਵਿੱਚ ਆ ਗਈ ਹੋਏਗੀ। ਹੋਰ ਵਧੇਰੇ ਇਸੇ ਤਰ੍ਹਾਂ ਦੀਆਂ ਇੰਟਰਸਟਿੰਗ ਵੀਡੀਓਜ਼ ਦੇ ਲਈ ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।